ਨਾਭਾ ਮੈਕਸੀਕਮ ਸਿਕਿਉਰਿਟੀ ਜੇਲ੍ਹ ਮੁੜ ਤੋਂ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ, ਜਿੱਥੇ ਤਾਜ਼ਾ ਮਾਮਲਾ ਇੱਕ ਕੈਦੀ ਦੀ ਜੇਲ੍ਹ ਅੰਦਰ ਹੋਈ ਮੌਤ ਦਾ ਹੈ। ਅਵਤਾਰ ਸਿੰਘ ਨਾਂ ਦਾ ਕੈਦੀ ਜੋ ਕਿ NDPCS ਮਾਮਲੇ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਸੀ, ਜਿਸ ਦੀ ਲਾਸ਼ ਜੇਲ੍ਹ ਅੰਦਰ ਹੀ ਪਰਨੇ ਨਾਲ ਲਟਕਦੀ ਹੋਈ ਮਿਲੀ। ਇਸ ਮਾਮਲੇ ਨੂੰ ਜੇਲ੍ਹ ਪ੍ਰਸ਼ਾਸਨ ਨੇ ਖੁਦਕੁਸ਼ੀ ਕਰਾਰ ਦਿੱਤਾ। ਦੂਜੇ ਪਾਸੇ ਮ੍ਰਿਤਕ ਕੈਦੀ ਦੇ ਪਰਿਵਾਰਕ ਮੈਂਬਰਾਂ ਦੇ ਦਬਾਅ ਪਾਉਣ ਉੱਤੇ ਪੁਲਿਸ ਨੇ ਤਫਤੀਸ਼ ਦੀ ਗੱਲ ਆਖੀ। ਇਸ ਮਾਮਲੇ ਵਿੱਚ ਮ੍ਰਿਤਕ ਕੈਦੀ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਮ੍ਰਿਤਕ ਕੈਦੀ ਨੂੰ ਤੰਗ ਪਰੇਸ਼ਾਨ ਕਰਨ ਦੀ ਗੱਲ ਵੀ ਆਖੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ, ਜਿਸ ਦੀ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇਸ ਸੰਬੰਧੀ ਤਸ਼ਵੀਸ਼ੀ ਅਫਸਰ ਇੰਦਰਜੀਤ ਸਿੰਘ ਨੇ ਮਾਮਲੇ ਦੀ ਤਫਤੀਸ਼ ਕਰਨ ਦੀ ਗੱਲ ਕੀਤੀ ਹੈ। ਮ੍ਰਿਤਕ ਕੈਦੀ ਜੋ ਇੱਕ ਹਫ਼ਤਾ ਪਹਿਲਾਂ ਹੀ ਪੈਰੋਲ ਕੱਟ ਕੇ ਜੇਲ੍ਹ ਵਾਪਸ ਆਇਆ ਸੀ, ਉੱਤੇ ਅਚਾਨਕ ਹੀ ਕੈਦੀ ਦੀ ਹੋਈ ਮੌਤ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਸਵਾਲ ਨਿਸ਼ਾਨ ਜ਼ਰੂਰ ਲਾ ਦਿੱਤੇ ਨੇ। ਕਿਰਨ ਦੀ ਛੁੱਟੀ ਕੱਟਣ ਆਏ ਸੀ, ਕੱਟ ਕੇ 4 ਤਰੀਕ ਨੂੰ ਜੇਲ੍ਹ 'ਚ ਆ ਗਈ। ਉਹ ਦੱਸ ਰਿਹਾ ਸੀ ਮੈਨੂੰ ਬਹੁਤ ਤੰਗ ਕਰ ਰਹੇ, ਵੀ ਆ ਮੇਰੀ ਬਦਲੀ ਕਰਾ ਦਿਉ ਉੱਥੋਂ ਜੀ, ਨਹੀਂ ਤਾਂ ਮੈਨੂੰ ਪੈਸੇ ਮੰਗਦੇ ਵਿੱਚ ਮੈਨੂੰ ਤੰਗ ਬਹੁਤ ਕਰ ਰਹੇ। ਆਹ ਹੁਣ 8 ਦਿਨ ਦੇ ਵਿੱਚ ਆਹ ਹੋ ਗਏ ਕੰਮ ਜੀ, ਫਿਰ ਦੂਜੇ ਦਾ ਵੀ ਡਰ ਹੈ ਜੀ, ਇੱਦਾਂ ਕੱਲ੍ਹ ਨੂੰ ਹੋਰ ਨਾ ਕੁਛ ਹੋ ਜਾਏ ਜੀ। ਦੂਜਾ ਕੌਣ ਹੈ ਜੀ ਉੱਥੇ? ਪੈਰਾ ਸਿੰਘ ਭਤੀਜਾ, ਉਹ ਵੀ ਮੇਰਾ ਜੀ, ਦੋਨੇ ਇਕੱਠੇ ਜਾਈ। ਉਹਦੇ ਬਾਰੇ ਕੀ ਚਾਹੁੰਦੇ? ਉਸਨੇ ਵੀ ਉਹ ਛੱਡਣਾ ਚਾਹੀਦਾ ਜੀ। ਇਹ ਝੂਠੇ ਜ਼ੁਲਮ 'ਚ ਫਸਾ ਲਏ ਜੀ, ਹੁਣ ਇਸ ਕਰਕੇ ਹੋ ਗਏ ਜੀ ਸਾਰਾ।